ਮੋਹਾਲੀ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਜਿੱਥੇ ਟ੍ਰੇਨਸ ਦੀ ਜਿਹੜੀ ਚੈਕਿੰਗ ਹੈ, ਜਿਹੜੀ ਵੀ ਟ੍ਰੇਨ ਬਾਹਰ ਤੋਂ ਆ ਰਹੀ ਹੈ ਉੱਥੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਔਰ ਖਾਸ ਜਿਹੜੇ ਜਿਹੜੇ ਆਰਡਰਸ ਦਿੱਤੇ ਗਏ ਨੇ ਜਿਹਦੇ ਵੀ ਸਾਫ਼ ਤੌਰ 'ਤੇ ਕਿਹਾ ਗਿਆ ਕਿ ਜੋ ਵੀ ਜੇਕਰ ਕੋਈ ਸ਼ੱਕੀ ਹੈ ਉਹਦੇ ਪੂਰਾ ਚੈਕਿੰਗ ਕੀਤਾ ਜਾਵੇ ਔਰ ਪੂਰੀ ਤਰ੍ਹਾਂ ਨਾਲ ਜਿਹੜੀ ਹੈਗੀ ਹੈ, ਚਾਹੇ ਰੇਲਵੇ ਸਟੇਸ਼ਨ ਦੀ ਗੱਲ ਕਰ ਲਈਏ, ਬੱਸ ਸਟੈਂਡ ਦੀ ਅਸੀਂ ਗੱਲ ਕਰ ਲਈਏ, ਇਹ ਸਾਰੀ ਥਾਂ 'ਤੇ ਜਿਹੜਾ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ। ਇਹ ਪੂਰਾ ਰੇਲਵੇ ਸਟੇਸ਼ਨ ਦਾ ਇਹ ਪੂਰੀ ਤਸਵੀਰਾਂ ਨੇ ਜਿੱਥੇ ਇਹ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ। ਜੋ ਵੀ ਟ੍ਰੇਨ ਪੰਜਾਬ ਤੋਂ ਹੋ ਕੇ ਗੁਜ਼ਰ ਰਹੀ ਹੈ ਉਹਦੀ ਪੂਰੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਡਿਪਟੀ ਸੁਪਰਡੈਂਟੈਂਟ ਆਫ ਪੁਲਿਸ ਬਲ ਸਾਹਿਬ, ਕਿਉਂਕਿ ਲਗਾਤਾਰ ਕਿਉਂਕਿ 15 ਅਗਸਤ ਦਾ ਟਾਈਮ ਹੈ, ਕਈ ਇਨਪੁੱਟ ਵੀ ਹੁੰਦੇ ਆ, ਕਿਸ ਤਰ੍ਹਾਂ ਦੀ ਚੈਕਿੰਗ ਅਭਿਆਨ ਕੀਤਾ ਜਾ? ਸਾਡੇ ਮਾਣਯੋਗ SSP ਸਾਹਿਬ ਦੀਪਕ ਪਾਰਕ ਸਰ ਦੇ ਹੁਕਮਾਂ ਅਨੁਸਾਰ ਅਸੀਂ ਅੱਜ ਦੇ ਖਾਸ ਓਪਰੇਸ਼ਨ ਦੇ ਵਿੱਚ ਸਾਡਾ ਰੇਲਵੇ ਸਟੇਸ਼ਨ ਦੀ ਚੈਕਿੰਗ ਹੈ, ਜਿਹਦੇ 'ਤੇ ਅੱਡ ਅੱਡ ਪਹਿਲਾਂ ਕੱਲ੍ਹ ਅਸੀਂ ਬੱਸ ਸਟੈਂਡ ਚੈੱਕ ਕੀਤੇ ਹੈ ਅਤੇ ਰੋਜ਼ 15 ਅਗਸਤ ਤੱਕ ਅਸੀਂ ਰੈਗੂਲਰ ਜਿਵੇਂ ਸ਼ੋਪਿੰਗ ਮੌਲਸ ਹੈ, ਭੀੜ ਭੜੱਕੇ ਵਾਲੀਆਂ ਜਗ੍ਹਾ ਹਨ ਉਹਦੇ 'ਤੇ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ। ਸਰ ਮਕਸਦ ਕੀ ਹੈ, ਕਿਉਂਕਿ ਲਾਅ ਐਂਡ ਆਰਡਰ ਦੇ ਵੇਖਦੇ ਕੋਈ ਸ਼ਰਾਰਤੀ ਅਨਸਰ ਜਿਹੜਾ ਉਹਨਾਂ ਦਿੱਤਾ ਜਾਵੇ? ਹਾਂ, ਬੇਸਿਕਲੀ ਕੀ ਹੈ ਵੀ ਜਿਹੜੇ ਮਾੜੇ ਅਨਸਰ ਹੁੰਦੇ ਹੈ ਉਹਨਾਂ ਦਾ ਕੰਮ ਹੁੰਦਾ ਵੀ ਆਪਣੀ ਪ੍ਰੈਜੈਂਸ ਵਿਖਾਉਣ ਲਈ, ਉਹ ਵੀ ਇਹੋ ਜਿਹੀਆਂ ਤਰੀਕਾਂ ਮਤਲਬ ਜਿਹੜੀਆਂ ਸਾਡੇ ਲਈ ਬੜੀਆਂ ਸਤਿਕਾਰਯੋਗ ਤਰੀਕਾ, 15 ਅਗਸਤ ਅਤੇ 26 ਜਨਵਰੀ, ਅਤੇ ਉਹਦੇ 'ਤੇ ਇਹੋ ਜਿਹੀ ਕੋਈ ਨਾ ਕੋਈ ਉਹ ਆਪਣੇ ਵੱਲੋਂ ਆਪਣੇ ਕ੍ਰਾਈਮ ਕਰਨ ਦੀ ਨੀਤ ਨਾ ਕੁਛ ਉਹ ਅਕਸਰ ਕਰਦੇ ਰਹਿੰਦੇ ਆ, ਅਤੇ ਜਿਹਦੇ ਨਾਲ ਅਸੀਂ ਆਪਣੀ ਫੋਰਸ ਦੀ ਪ੍ਰੈਜੈਂਸ ਨਾਲ ਅਸੀਂ ਵੇਖ ਰਹੇ ਹਾਂ। ਜਿੱਦਾਂ ਅੱਜ ਸਵੇਰ ਦੀਆਂ ਸ਼ਾਮ ਤੱਕ ਅਸੀਂ ਸਾਰੀਆਂ ਟ੍ਰੇਨਾਂ ਵਗੈਰਾ ਅਚਨਚੇਤ ਚੈਕਿੰਗ ਕਰ ਰਹੇ ਹਾਂ। ਵੈਸੇ ਅਸੀਂ ਮਹੀਨੇ ਦੇ ਵਿੱਚ 2 ਵਾਰ ਸਾਡੀ ਫੋਰਟਨਾਈਟਲੀ ਚੈਕਿੰਗ ਹੋ ਹੀ ਜਾਂਦੀ ਹੈ, ਰੇਲਵੇ ਸਟੇਸ਼ਨ ਦੀ, ਬੱਸ ਸਟੈਂਡ ਵਗੈਰਾ ਸਾਰਿਆਂ ਦੀ। ਸੋ ਇਹਦੇ ਵਿੱਚ ਇਹ ਇਸੇ ਕਰਕੇ ਹੈ ਵੀ ਮੈਂ ਆਪ ਦੇ ਮਾਧਿਅਮ ਰਾਹੀਂ ਮੋਹਾਲੀ ਵਾਸੀਆਂ ਨੂੰ ਇਹ ਵੀ ਅਪੀਲ ਕਰਦਾ ਵੀ ਕੋਈ ਵੀ ਲਵਾਰਸ ਚੀਜ਼ ਤੁਹਾਨੂੰ ਕਿਤੇ ਵੀ ਮਿਲਦੀ ਹੈ ਤੇ ਸਾਨੂੰ ਤੁਸੀਂ ਜ਼ਰੂਰ ਆਗਾਹ ਕਰੋ ਅਤੇ ਆਪਣੇ ਕੰਟਰੋਲ ਰੂਮ 'ਤੇ ਫੋਨ ਕਰੋ, ਸੰਬੰਧਿਤ ਥਾਣੇ ਨੂੰ ਫੋਨ ਕਰੋ ਅਤੇ ਜਿਹੜੇ ਵੀ ਕੋਈ SHO ਸਾਹਿਬਾਨ ਜਾਂ ਸੀਨੀਅਰ ਅਫਸਰ ਨੂੰ ਜੇ ਕੋਈ ਉਹਨਾਂ ਨੂੰ ਜ਼ਰੂਰ ਕਾਲ ਕਰੋ। ਬਸ ਸਾਹਿਬ, ਕਿਉਂਕਿ ਮੋਹਾਲੀ ਜ਼ਿਲ੍ਹਾ ਹੈਗਾ ਟ੍ਰਾਈ ਸਿਟੀ ਦਾ ਪਾਰਟ ਹੈ, ਕੋਆਰਡੀਨੇਸ਼ਨ ਕਿਸ ਤਰ੍ਹਾਂ ਦੀ ਹੈਗੀ ਚੰਡੀਗੜ੍ਹ ਦੇ ਨਾਲ, ਹਰਿਆਣਾ ਦੇ ਨਾਲ, ਹਿਮਾਚਲ ਦੇ ਨਾਲ? ਸਾਡੀ ਜਿਹੜੀ ਹੈ ਰੈਗੂਲਰ ਇੰਟਰਵੈਲਸ 'ਤੇ ਅਸੀਂ ਮੀਟਿੰਗ ਕਰਦੇ ਰਹਿੰਦੇ ਹਾਂ ਅਤੇ ਸਾਡੀ ਚੰਡੀਗੜ੍ਹ ਹਿਮਾਚਲ ਜਿੱਥੇ ਜਿੱਥੇ ਵੀ ਸਾਡੇ ਇਹ ਬਾਰਡਰ ਲੱਗਦਾ, ਜਿੱਦਾਂ ਇੱਧਰ ਫਤਿਹਗੜ੍ਹ ਸਾਹਿਬ ਨਾਲ ਵੀ ਲੱਗਦਾ, ਪਟਿਆਲੇ ਨਾਲ ਵੀ ਸਾਡਾ ਬਾਰਡਰ ਲੱਗਦਾ ਹੈ ਅਤੇ ਉੱਧਰੋਂ ਰੋਪੜ ਡਿਸਟ੍ਰਿਕਟ ਨਾਲ ਲੱਗਦਾ ਹੈ, ਅਤੇ ਉਹ ਸਾਡੀ ਕੋਆਰਡੀਨੇਸ਼ਨ ਮੀਟਿੰਗਸ ਵੀ ਹੁੰਦੀਆਂ ਅਤੇ ਅਸੀਂ ਆਪਸ 'ਚ ਇੱਕ ਦੂਜੇ ਦੇ ਨਾਲ ਬਿਲਕੁਲ ਆਪਣੇ ਆਪਣੇ ਕਾਊਂਟਰ ਪਾਰਟਸ ਦੇ ਨਾਲ ਅਸੀਂ ਬਿਲਕੁਲ ਇੱਕ ਦੂਜੇ ਦੇ ਟੱਚ 'ਚ। ਨਾਈਟ ਪੈਟਰੋਲਿੰਗ ਦੀ ਅਸੀਂ ਗੱਲ ਕਰ ਲਈ, ਇਹ ਦਿਨ ਅੱਜ ਕਿਸ ਤਰ੍ਹਾਂ ਦਾ ਜਿਹੜਾ ਹੈਗਾ? ਉਹਦੇ ਵਿੱਚ ਅਸੀਂ ਸਿਕਿਉਰਟੀ ਥੋੜ੍ਹੀ ਜਿਹੀ ਓਵਰ ਬੀਫ ਅਪ ਕੀਤੀ ਹੈ, ਅੱਗੇ ਕੀ ਕਹਿੰਦੇ ਥਾਣਿਆਂ 'ਚ ਵੀ ਫੁੱਲ ਫੋਰਸ ਅਸੀਂ ਆਪਣੀ ਨਾਈਟ ਲਈ ਰੱਖਦੇ ਹਾਂ ਅਤੇ ਬਾਹਰ ਵੀ ਜਿੰਨੇ ਵੀ ਨਾਈਟ ਡੋਮੀਨੈਂਸ ਲਈ ਪੂਰਾ ਪ੍ਰੋਪਰ SSP ਸਾਹਿਬ ਵੱਲੋਂ ਸਾਡਾ ਪ੍ਰੋਗਰਾਮ ਬਣਦਾ ਅਤੇ ਉਹਦੇ ਵਿੱਚ 2 ਸੀਨੀਅਰ ਅਫਸਰ ਲੱਗਦੇ ਆ, 1 SP ਸਾਹਿਬਾਨ ਲੱਗਦੇ ਆ, 2 DSP ਸਾਹਿਬ ਅਤੇ ਬਾਕੀ ਹਰ ਇੱਕ ਸਬ ਡਿਵੀਜ਼ਨ ਦੇ ਵਿੱਚ 1-1, 2-2 SHO, ਅਡੀਸ਼ਨਲ SHO ਸਾਰੇ ਥਾਣਿਆਂ ਦੇ, ਮਤਲਬ ਡੇਲੀ ਦੀ ਡੇਲੀ ਚੈਕਿੰਗ ਹੁੰਦੀ ਹੈ ਤਾਂ ਕਿ ਕੋਈ ਅਨਟੂਵਰਡ ਇੰਸੀਡੈਂਟ ਨਾ ਹੋ ਸਕੇ। ਕੰਟੀਨਿਊ ਚੱਲਣ ਵਾਲਾ ਹੈ ਸਰ ਜਿਹੜਾ ਇਹ? ਵੈਸੇ ਤਾਂ ਸਾਡਾ ਕੰਟੀਨਿਊ ਹੈ, 15 ਅਗਸਤ ਤੱਕ ਅਸੀਂ ਓਵਰ
ਸਿਕਿਓਰ ਰੱਖਦੇ ਹਾਂ ਆਪਣੇ ਆਪ। ਓਕੇ, ਤਾਂ ਬਿਲਕੁਲ ਜਿੱਦਾਂ ਸਰ ਨੇ ਜਾਣਕਾਰੀ ਦਿੱਤੀ ਕਿ ਲਗਾਤਾਰ ਜਿਹੜਾ ਕਾਸੋ ਹੈ, ਕੋਆਰਡੀਨੈਂਸ ਸਰਚ ਆਪਰੇਸ਼ਨ, ਚਾਹੇ ਉਹ ਭੀੜ ਭਾੜ ਵਾਲੇ ਏਰੀਆ ਹੋਣ, ਬੱਸ ਸਟੈਂਡ, ਰੇਲਵੇ ਸਟੇਸ਼ਨ, ਮਾਲ ਜਿਹੜਾ, ਉੱਥੇ ਚੈਕਿੰਗ ਲਗਾਤਾਰ ਜਾਰੀ ਹੈ ਔਰ ਪੂਰਾ ਕੋਆਰਡਨ ਆਫ ਕਰਕੇ ਜਿੰਨੇ ਵੀ ਜਿਹੜੇ ਇੱਥੇ ਪੁਲਿਸ ਮੁਲਾਜ਼ਮ ਨੇ, ਭਾਰੀ ਪੁਲਿਸ ਫੋਰਸ ਜਿਹੜੀ ਹੈ, ਜਿੰਨੀ ਵੀ ਟ੍ਰੇਨਸ ਇੱਥੋਂ ਗੁਜ਼ਰ ਰਹੀ ਹੈ ਉਹਨਾਂ ਨੂੰ ਰੋਕ ਕੇ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ। ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਰਾਰਤੀ ਅਨਸਰ, ਕਿਸੇ ਵੀ ਤਰ੍ਹਾਂ ਦਾ ਕੋਈ ਬੈਡ ਅਨਸਰ, ਕੋਈ ਪਲੈਨਿੰਗ ਤਾਂ ਨਹੀਂ ਕਰ ਰਿਹਾ, ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ ਤਾਂ ਨਹੀਂ ਕਰ ਰਿਹਾ, ਕਿਉਂਕਿ ਇਸ ਵੇਲੇ ਕਈ ਇਨਪੁੱਟਸ ਹੁੰਦੇ ਹੈ IB ਤੋਂ, ਇੰਟੈਲੀਜੈਂਸ ਤੋਂ, ਕਈ ਇਨਪੁੱਟਸ ਹੁੰਦੇ ਆ ਜਿਹਦੇ ਬਿਹਾਫ ਤੇ ਪੁਲਿਸ ਕੰਮ ਕਰਦੀ ਹੈ, ਪੁਲਿਸ ਚੈਕਿੰਗ ਕਰਦੀ ਹੈ, ਔਰ ਖਾਸ ਤੌਰ ਤੇ ਜਿਹੜੇ ਬਾਰਡਰਸ ਏਰੀਆ ਨੇ, ਕਿਉਂਕਿ ਮੋਹਾਲੀ ਜ਼ਿਲ੍ਹਾ ਕਾਫੀ ਸੈਂਸਿਟਿਵ ਏਰੀਆ ਹੈ, ਇਸ ਕਰਕੇ ਕਾਫੀ ਜਿਹੜਾ ਧਿਆਨ ਰੱਖਣ ਵਾਲੀ ਗੱਲ ਹੈ ਕਿ ਕਿਹੜਾ ਕੋਈ ਸ਼ੱਕੀ ਜਾਂ ਫਿਰ ਜਿਹੜੀ ਗੱਡੀਆਂ ਬਾਹਰ ਤੋਂ ਆ ਰਹੀਆਂ ਜਾਂ ਫਿਰ ਰੇਲਵੇ ਸਟੇਸ਼ਨ 'ਚ ਜਿਹੜੇ ਲੋਕ ਆ ਰਹੇ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪਲੈਨਿੰਗ ਜਾਂ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ ਤਾਂ ਨਹੀਂ ਗੜੀ ਜਾ ਰਹੀ, ਇਹ ਬਹੁਤ ਜ਼ਰੂਰੀ ਹੁੰਦਾ, ਇਸ ਕਰਕੇ ਪੂਰੀ ਚੈਕਿੰਗ ਅਭਿਆਨ, ਨਾਈਟ ਪੈਟਰੋਲਿੰਗ ਜਿਹੜੀ ਹੈ ਉਹ ਵੀ ਵਧਾ ਦਿੱਤੀ ਗਈ ਹੈ।